ਪਹਿਲੀਆਂ ਨਸਲਾਂ ਜਿਹੜੀਆਂ ਸੀ ਉਹ ਸਾਡੀਆਂ ਮਸਜਿਦਾਂ 'ਚ ਨਹੀਂ ਸੀ ਆਏ ਜੀ, ਉਹਨਾਂ ਨੇ ਇਸ ਤਰ੍ਹਾਂ ਸਾਨੂੰ ਕਰੀਬ ਤੋਂ ਨਹੀਂ ਸੀ ਦੇਖਿਆ। ਇਸ ਕਰਕੇ ਜਦੋਂ ਇਹ ਵੱਡੇ ਹੋਣਗੇ ਔਰ ਅੱਗੇ ਵਧਣਗੇ ਤਾਂ ਉਦੋਂ ਮਾਮਲਾ ਹੋਰ ਤਰ੍ਹਾਂ ਹੋਏਗਾ। ਮੇਰਾ ਖਿਆਲ ਹੈ ਕਿ ਉਦੋਂ ਹੋਰ ਤਰ੍ਹਾਂ ਦੇ, ਵੈਸੇ ਵੀ ਇੱਥੇ ਨਾਰਵੇ 'ਚ ਅਗਰ ਦੇਖਿਆ ਜਾਏ ਤਾਂ ਅਹਿਮਦੀਆਂ ਨੂੰ ਅਲੱਗ ਤੋਂ ਸਮਝਿਆ ਜਾਂਦਾ ਹੈ, ਦੇਖਿਆ ਜਾਂਦਾ ਹੈ। ਸਾਰੇ ਦੇ ਸਾਰੇ ਜਿੰਨੇ ਨੇ ਮਤਲਬ ਜਿਹੜੇ ਪੋਲੀਟੀਸ਼ਨ ਨੇ ਉਹ ਵੀ ਤੁਸੀਂ ਇਹ ਤਾਂ ਅਹਿਮਦੀ ਨੇ, ਠੀਕ ਹੈ। ਮਤਲਬ ਇਹ ਮਾਮਲਾ ਹੈ, ਅਗਰ ਬਿਆਨ ਇਸ ਤਰ੍ਹਾਂ ਦਾ ਇਹ ਤਾਂ ਅਹਿਮਦੀ ਕਰ ਰਹੇ ਨੇ, ਠੀਕ ਹੈ। ਬਾਕੀ ਇਹਨੂੰ ਅਲੱਗ ਕਰ ਦੇਣਾ, ਅਹਿਮਦੀ ਨੂੰ ਅਲੱਗ ਕਰ ਦੇਣਾ, ਜਮਾਤ ਤਾਂ ਅਲੱਗ ਕਰਨਾ, ਇੱਥੇ ਪਹਿਚਾਣੀ ਜਾਂਦੀ ਇਹ ਸਾਰੇ ਮੁਲਕਾਂ 'ਚ ਮੁਰਬਿਸਾ। ਜਰਮਨੀ 'ਚ ਵੀ ਬਹੁਤ ਜ਼ਿਆਦਾ, ਸਹੀ ਸਹੀ। ਜਰਮਨੀ 'ਚ ਇੱਕ ਸ਼ਮਸੀ ਸਾਹਿਬ ਸਾਡੇ ਕੋਲ ਚਲੇ ਗਏ, ਇੰਗਲੈਂਡ ਸੈੱਟ ਹੋ ਗਏ, ਵਕਾਰੀ ਅਮਲ ਅਤੇ ਮੁੰਡਿਆਂ ਨੂੰ ਲੈ ਗਏ ਮਾਨਹਾਈਮ ਜਲਸੇ 'ਤੇ। ਵਾਪਸੀ 'ਤੇ ਹੁਣ ਰਾਤ ਹੋ ਗਈ ਅਤੇ ਮੁੰਡੇ ਹੋ ਗਏ ਜ਼ਿਆਦਾ, ਸੀਟਾਂ 5 ਅਤੇ ਮੁੰਡੇ 8-9। ਕਹਿਣ ਵੀ ਹੁਣ ਕੀ ਕਰੀਏ ਸ਼ਮਸੀ ਸਾਹਿਬ। ਸ਼ਮਸੀ ਸਾਹਿਬ ਕਹਿੰਦੇ ਦੇਖੀ ਜਾਏਗੀ, ਫਿਰ ਤੁਸੀਂ ਬਹਿ ਜਾਓ ਮੇਰੀ ਗੱਡੀ 'ਚ ਵੜ ਜਾਓ। ਉਹ ਜਿਵੇਂ ਪਾਕਿਸਤਾਨੀ ਨਹੀਂ ਵਾਰ ਦੇ ਸਵਾਰੀਆਂ, ਕਹਿੰਦੇ ਇਸੇ ਤਰ੍ਹਾਂ ਹੀ ਮੈਂ ਸਵਾਰੀਆਂ ਵੜ ਲਈਆਂ, ਅੱਲਾ ਨਾਂ ਲੈ ਕੇ ਚੱਲ ਪਏ। ਰਸਤੇ 'ਚ ਗਰੋਸ ਗਰੋਹ ਤੋਂ ਪਹਿਲਾਂ ਉੱਥੇ ਪੁਲਿਸ ਕੰਟਰੋਲ ਹੋ ਗਿਆ, ਉਹ ਕਹਿਣ ਲੱਗੇ ਸਵਾਰੀਆਂ ਤੁਹਾਡੀਆਂ ਜ਼ਿਆਦਾ ਲੱਗਦੀਆਂ। ਉਹਨੇ ਕਿਹਾ ਹਾਂਜੀ ਜ਼ਿਆਦਾ ਹੀ ਹੈ, ਅੱਛਾ ਕੱਢੋ ਬਾਰੇ ਨਾ। ਉਹਨਾਂ ਦਾ ਖਿਆਲ ਸੀ ਕਿ 1-2 ਜ਼ਿਆਦਾ ਹੋਣਗੀਆਂ, ਉਹ 5 ਦੀ ਬਜਾਏ 9 ਬੰਦੇ। ਉਹ ਪੁਲਿਸ ਵਾਲੇ ਕਿਸ ਤਰ੍ਹਾਂ ਤੁਸੀਂ ਸੈੱਟ ਕਿੱਦਾਂ ਗੱਲ ਹੈ, ਪਹਿਲਾਂ ਹੁਣ ਇਹ ਦੱਸੋ ਤੁਸੀਂ ਕੌਣ ਹੋ, ਕਿੱਥੋਂ ਆਏ ਹੋ? ਉਹਨੇ ਕਿਹਾ ਇਹ ਮਜ਼ਦੂਰ ਨਹੀਂ ਹੈ, ਨਾ ਕੋਈ ਕੰਮ ਕਰਨ ਵਾਲੇ ਆ, ਇਹ ਸਾਡੇ ਜਲਸੇ 'ਤੇ ਜਲਸਾ ਹੋ ਰਿਹਾ ਮਨਹਾਈਮ, ਉਹਦੀ ਤਿਆਰੀ ਵਾਸਤੇ ਵਲੰਟੀਅਰ ਆ। ਵਾਪਸੀ 'ਤੇ ਇਹਨਾਂ ਕੋਲ ਕੋਈ ਸੋਰਸ ਨਹੀਂ ਸੀ ਆਇਆ ਆਉਣ ਦਾ, ਅਤੇ ਮੈਂ ਕਿਹਾ ਮਜਬੂਰੀ ਆ, ਹੁਣ ਜੁਰਮਾਨਾ ਤਾਂ ਹੋਣਾ ਹੀ ਹੈ, ਅਤੇ ਚਲੋ ਬਹਿ ਜਾਓ। ਅੱਛਾ, ਪੁਲਿਸ ਵਾਲਾ ਕਹਿੰਦਾ ਤੁਸੀਂ ਜਲਸੇ 'ਤੇ ਕੰਮ ਕਰਕੇ ਆਏ ਹੋ, ਪੈਸੇ ਲੈ ਆ? ਕਹਿੰਦੇ ਨਹੀਂ, ਅਸੀਂ ਪੈਸੇ ਨਹੀਂ ਲੈਂਦੇ ਹੁੰਦੇ। ਠੀਕ ਹੈ, ਮੈਨੂੰ ਬਹਿ ਕੇ ਵਿਖਾਓ ਕਿਵੇਂ ਬੈਠੇ ਹੋ ਤੁਸੀਂ। ਉਹ ਫਿਰ ਆ ਕੇ ਦੱਸੇ, ਕਹਿੰਦੇ ਬਹਿ, ਅਸੀਂ ਮੈਂ ਕਿਹਾ ਮੁੰਡਿਆਂ ਨੂੰ ਮੈਂ ਪੰਜਾਬੀ 'ਚ ਆ ਗਿਆ, ਮੁੰਡਿਓ ਕੰਮ ਬਣ ਗਿਆ, ਹੁਣ ਵੜ ਜਾਓ ਵਿੱਚ ਫਟਾਫਟ। ਉਹ ਮੁੰਡਿਆਂ ਨੇ 2 ਮਿੰਟ ਲਾਏ ਨਾ, ਉਹ ਸੈੱਟ ਹੋ ਗਏ। ਮੈਨੂੰ ਕਹਿਣ ਲੱਗਾ ਪੁਲਿਸ ਵਾਲਾ, ਮੈਂ ਤੈਨੂੰ ਵੇਖਿਆ ਹੀ ਨਹੀਂ, ਚੱਲ ਨਿਕਲਦਾ। ਕਹਿੰਦਾ ਮੈਂ ਤੈਨੂੰ ਵੇਖਿਆ ਹੀ ਨਹੀਂ। ਇਸ ਤਰ੍ਹਾਂ ਵੀ ਸਲੂਕ ਕਰਦੇ ਸਾਡੇ ਨਾਲ ਉੱਥੇ, ਅਹਿਮਦੀਅਤ ਨੂੰ ਖਾਸ ਵਾਕਈ ਦੇਖਦੇ ਆ। ਫਿਰ ਇੱਕ ਸਮਝਿਆ, ਫਰਮਾਇਆ ਨਾ ਕਿ ਇੱਕ ਯਹੀ ਫਿਰਕਾ ਹੈ ਜੋ ਇੱਜ਼ਤ ਕੇ ਸਾਥ ਯਾਦ ਕੀਆ ਜਾਏਗਾ। ਉੱਥੇ ਇੱਕ ਸਟਾਡੇ ਮਤਲਬ ਮਾਰਬੁਰਗ, ਮੈਨੂੰ ਉੱਥੇ ਕੰਮ ਸੀ, ਮੈਂ ਗਿਆ ਜ਼ਈਮ ਅਨਸਾਰੁੱਲਾ ਨਾਲ। ਇਸ ਤਰ੍ਹਾਂ ਗੱਲਾਂ ਸ਼ੁਰੂ ਹੋ ਗਈਆਂ ਅਹਿਮਦੀਅਤ ਦੀ ਬਰਕਤ ਦੀਆਂ। ਮੈਂ ਕਿਹਾ ਤੁਹਾਡੇ ਸ਼ਹਿਰ 'ਚ ਕੈਸਾ ਤੁਹਾਡਾ ਆਪਣੇ ਇੰਤਜ਼ਾਮੀਆ ਨਾਲ? ਕਹਿਣ ਲੱਗਾ ਮੈਂ ਤੁਹਾਨੂੰ ਇੱਕ ਹੀ ਮਿਸਾਲ ਦੇ ਦਿੰਦਾ ਅਤੇ ਤੁਸੀਂ ਆਪੇ ਅੰਦਾਜ਼ਾ ਲਾ ਲਿਓ। ਕਹਿੰਦਾ ਮੈਂ ਲਾਲ ਇਸ਼ਾਰਾ ਕੱਟਿਆ, ਕਿਤੇ ਜਾ ਰਿਹਾ ਸੀ, ਮੈਨੂੰ ਜਲਦੀ ਸੀ, ਲਾਲ ਇਸ਼ਾਰੇ ਦਾ ਬਹੁਤ ਜੁਰਮਾਨਾ, ਉੱਥੇ ਲਾਇਸੈਂਸ ਵੀ ਵਾਪਸ ਲੈ ਲੈਂਦੇ। ਕਹਿੰਦਾ ਮੇਰੇ ਪਿੱਛੇ ਪੁਲਿਸ ਸੀ, ਕਿਤੇ ਉਹ ਪਿੱਛੇ ਲੱਗ ਗਈ। ਮੈਂ ਦੇਖ ਲਿਆ ਪੁਲਿਸ ਪਿੱਛੇ ਲੱਗ ਗਈ ਹੈ ਅਤੇ ਮੈਂ ਗੱਡੀ ਆਸਤਾ ਕਰ ਲਈ, ਮੈਂ ਕਿਹਾ ਹੁਣ ਜੁਰਮਾਨਾ ਤਾਂ ਦੇਣਾ ਹੀ ਹੈ। ਉਹਨਾਂ ਪਿੱਛੋਂ ਦੇਖਿਆ ਲਵ ਫਾਰ ਆਲ ਹੇਟਡ ਫਾਰ ਨਨ ਲਿਖਿਆ ਹੈ, ਉਹਨਾਂ ਦੇਖ ਕੇ ਉੱਥੇ ਬ੍ਰੇਕ ਲਾ ਲਈ ਅਤੇ ਵਾਪਸ ਚਲੇ ਕਿ ਅਹਿਮਦੀ ਦੀ ਗੱਡੀ ਹੈ, ਇਹਨਾਂ ਨੇ ਜੁਰਮਾਨਾ ਕਰਨਾ। ਹਾਂਜੀ, ਕਹਿੰਦੇ ਮੇਰੇ ਨਾਲ ਹੋਇਆ ਹੈ ਅਤੇ ਇਸ ਤਰ੍ਹਾਂ ਦੇ ਬਾਅਦ ਸਲੂਕ ਹੈ। ਮੈਂ ਨੈਸ਼ਨੈਲਿਟੀ ਲੈਣ ਗਿਆ, ਮੇਰਾ ਇੰਟਰਵਿਊ ਉਹਨੇ ਸ਼ੁਰੂ ਕਰਤਾ, ਕਿੱਥੋਂ ਪਹਿਲੇ ਪਾਕਿਸਤਾਨੀ, ਹਾਂ ਮੁਸਲਿਮ, ਮੈਂ ਕਿਹਾ ਹਾਂ। ਉਹਨੇ ਈਰਾਨ ਤੋਂ ਗੱਲ ਸ਼ੁਰੂ ਕੀਤੀ, ਇਹ ਫਿਰਕਾ ਸ਼ੀਆ ਸੁੰਨੀ ਵਾਹਬੀ ਬਰੇਲਵੀ ਚਕੜਾਲਵੀ, ਅਫਗਾਨਿਸਤਾਨ ਆ ਗਿਆ,
तालिबान दाइश इन्हों चो केड़ा तेरा फिरका ये तो उन्हें पूरी स्टोरी मैंने दसी तफसील दे नाल 15 मिनट लाए आखिर ते मैनू पुछदा केड़ा तेरा फिरका मैं तो अहमदिया जमात है उन्हें मत्थे हाथ मारिया कहिंदा मैनू अगर पहले दस दिंदा मैं सिर ना खपाउंदा तेरे नाल हाँ जी अहमदीयत नू वाकई हर जगह इज्जत दी अल्लाह ताला ने हमें उसी के वाले एहसान में इज्जत जड़ के जोड़ देती है जोड़ देती है क्या बात है यार सुभान अल्लाह जी ठीक है क्यों जी मैं नाराज से अच्छा इन्होंने बीवी इन्ना जबरदस्त बना दिया साग मैं कह जिन्हें कि साफ नहीं खाएंगे मैं तो गल नहीं करना अज इन्हें साग नहीं हर 6 महीने बाद कह लिया करो नहीं यार रोटी अज इन्हें मेरा सुनाई मैं तो खाने वाली चीज़ें जो मेरी सामने वाला जो चीज़ है ना रोटी है अजीब गल है कि रोटी कोई बनाता ही नहीं अजकल अजीब खत्म ही हो गया जी नहीं जी असि तो रोटी बन रही अच्छा नहीं हम वैसे के लोग काट बना रहे रोटी नहीं तुसी रोटी काट बन गई की बनदा रोटी चावल शावल कुछ बनता रही पास्ता पिज्जा फलां चीज अच्छा नहीं साडे घर च कोई बंदा पसंद नहीं करदा इस चीज लेकिन बनती है रोटी भी नहीं कि नहीं बनती मफाजात मवाए काना उखली रोटी है वा रोटी के टुकड़े सन हजूर खाया करते सन खाना उन्होंने पाबी सन बड़ी नाराज रही सी कह जी ये काम तो कोई करता नहीं वेला बैठा जो खाना बचा भेज दें अलहाम है नान है या रोटी है उत्थे हाँ नहीं वो तो ये नान मेरे दरवेशों के लिए वो नान देखा है अच्छा अच्छा नान रोटी को फर्क है और तेरे साथ के दरवेशों के लिए नान रोटी को फर्क भी है या लेकिन फारसी रोटी नहीं कहते वैसे नान फारसी का लफ्ज़ है ना अच्छा 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 फारसी लफ्ज़ है ठीक रब्बी साहब ने बड़े फोन आए मौलाना साहब इमाम साहब ने मैं बड़े लोग फोन कर रहे तू तो कभी गायब नहीं होया इस टाइम मैं तो नमाज जमा कर ली सी आज चंगा किया जी तुहाडे की रेशो आ नवें अहमदी होण दी इत्थे साढ़े जिहड़ा है ना 6-7 तो 12 तक आम तौर पर ना बैठा साल हो जाए हूँ जो लास्ट मैसेज आया अच्छा मैं किया एक है एस्टोनियन अच्छा महीना पहले अच्छा महीना डेढ़ महीने पहले बैठ की महीने पहले अच्छा अच्छा उन्हें मैसेज किया की हाल ही कितने हैं तो वो आया अस्सलामुअलैकुम अल्हम्दुलिल्लाह आई एम डूइंग गुड अच्छा अ लिटिल बिहाइंड ऑन द बिग प्रोजेक्ट एज यूजुअल good but it is going good mm-hmm. to is tarah karke sade na rehndi hai tadad mera khayal 13